ਤੁਹਾਨੂੰ ਵੀ ਮੁਰਦਾਬਾਦ ਕਹਿ ਗਏ, ਮੈਨੂੰ ਵੀ ਮੁਰਦਾਬਾਦ ਕਹਿ ਗਏ, ਜਿਹੜੇ ਨਾਰੇ ਨੂਰੇ ਲਾ ਗਏ, ਜਿਹੜੇ ਗਾਲਾਂ ਤੁਹਾਨੂੰ ਵੀ ਕੱਢ ਗਏ ਵਿੱਚ ਹੀ, ਹੈ ਜੀ, ਉਹਨਾਂ ਦਾ ਵੀ ਧੰਨਵਾਦ, ਮਾਫ਼ੀ ਕਰ ਦਿਆ ਕਰੋ। ਸੀਐਮ ਸਾਹਿਬ ਨੇ ਤੁਹਾਨੂੰ ਤਾਲਾ ਦਿੱਤਾ ਤੇ ਮੈਂ ਅੱਜ ਤੁਹਾਨੂੰ ਸੰਗਲ ਦੇਣ ਆਇਆ, ਸੰਗਲ ਇਹਨਾਂ ਨੂੰ ਵੀ ਪਾਣੇ ਪੈਣੇ ਆ, ਕਿਉਂਕਿ ਲੋਕਾਂ ਨੇ ਇਹਨਾਂ ਦੇ ਖਿਲਾਫ ਮੁਰਦਾਬਾਦ ਮੁਰਦਾਬਾਦ ਕਰਨੀ ਆ ਤੇ ਲੋਕਾਂ ਨੇ ਇਹਨਾਂ ਦੇ ਡੜੇ ਮਾਰਨੇ ਆ। ਸੰਗਲ ਤੇ ਤਾਲਾ ਇਹ ਸਰ ਇੱਧਰ ਹੀ ਲਾਇਆ ਜਾਵੇ, ਸਾਨੂੰ ਇਹਦੀ ਜ਼ਰੂਰਤ ਨਹੀਂ ਸਰ। ਸੋ ਹੁਣ ਮੈਂ ਸੋਚਦਾ ਵੀ ਆਪਾਂ ਜਿਹੜੇ ਆਪਣੇ ਡਾਕਟਰ ਸਾਹਿਬਾਨ ਉਹਨਾਂ ਨੂੰ ਮੌਕਾ ਦੇਈਏ। ਡਾਕਟਰ ਰਾਜ ਕੁਮਾਰ ਤੋਂ ਸ਼ੁਰੂ ਕਰ ਦਿੰਦੇ ਜੀ। ਸਪੀਕਰ ਸਾਹਿਬ, ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਬੋਲਣ ਦਾ ਮੌਕਾ ਦਿੱਤਾ। ਸਪੀਕਰ ਸਾਹਿਬ, ਕਿਉਂਕਿ ਜਦੋਂ ਤੁਸੀਂ ਵਿਰੋਧੀ ਧਿਰ 'ਚ ਸੀ ਤਾਂ ਤੁਹਾਡੇ ਨਾਲ ਬੜਾ ਪਿਆਰ ਰਿਹਾ, ਕਾਨਫਰੰਸ ਵੀ ਇਕੱਠੇ ਅਟੈਂਡ ਕਰਦੇ ਰਹੇ, ਚਾਹ ਦੁੱਧ ਪੀਂਦੇ ਰਹੇ, ਖਾਣਾ ਪੀਣਾ ਇਕੱਠਾ ਖਾਂਦੇ ਰਹੇ। ਪਰ ਸਪੀਕਰ ਸਾਹਿਬ, ਕੱਲ੍ਹ ਮੈਨੂੰ ਗਿਲਾ ਆਇਆ ਤੁਹਾਡੇ ਨਾਲ ਕੱਲ੍ਹ ਦਾ, ਕਿਉਂਕਿ ਅਸੀਂ ਸਾਰੇ ਤੁਹਾਡੇ ਰੂਮ ਦੇ ਵਿੱਚ ਗਏ, ਤੁਹਾਡੇ ਆਫਿਸ 'ਚ ਗਏ ਕਿ ਕਿਰਪਾ ਕਰਕੇ, ਕਿਉਂਕਿ ਆਮ ਬਜਟ ਦੀ ਬਹਿਸ ਹੈ, ਸਾਨੂੰ ਥੋੜ੍ਹਾ ਸਮਾਂ ਜ਼ਰੂਰ ਦਿੱਤਾ ਜਾਵੇ। ਆਪ ਜੀ ਨੇ ਵਾਅਦਾ ਵੀ ਕੀਤਾ, ਚਲੋ ਅਸੀਂ ਕਹਿੰਦੇ ਵੀ ਰੂਲਸ ਆਫ ਪ੍ਰੋਸੀਜਰ ਐਂਡ ਕੰਡਕਟ ਆਫ ਬਿਜ਼ਨਸ ਤਾਂ ਗੜਬੜ ਹੋ ਸਕਦੀ ਹੈ, ਪਰ ਤੁਸੀਂ ਕੱਲ੍ਹ ਜਿਹੜੀ ਸਰ ਵਾਅਦਾ ਖਿਲਾਫੀ ਕੀਤੀ ਉਹ ਸਾਨੂੰ ਬਹੁਤ ਦੁੱਖ ਹੋਇਆ, ਕਿਉਂਕਿ ਜੇ ਅਸੀਂ ਵੀ ਉਸ ਬਹਿਸ ਦਾ ਹਿੱਸਾ ਬਣਦੇ ਤਾਂ ਸਰ ਉਹ ਬਜਟ ਜਿਹੜਾ ਬਹਿਸ ਉਹ ਹੋਰ ਮੁਕੰਮਲ ਹੁੰਦੀ। ਪਰ ਇਸ ਤੋਂ ਵੀ ਜ਼ਿਆਦਾ ਸਰ ਜਿਹੜਾ ਇੱਕ ਸਭ ਤੋਂ ਵੱਡਾ ਗਿਲਾ ਹੈ ਕਿ ਲੀਡਰ ਆਫ ਦਾ ਹਾਊਸ ਨੇ ਕੱਲ੍ਹ ਸਾਡੀ ਐਬਸੈਂਸ ਦੇ ਵਿੱਚ ਇਹ ਗੱਲ ਕਹੀ ਵੀ ਜਿਹੜੇ ਵਿਰੋਧੀ ਧਿਰ ਦੇ ਕਾਂਗਰਸ ਦੇ MLA ਨੇ ਇਹਨਾਂ ਦੇ ਲੱਗਦਾ ਕਿ ਸੰਗਲ ਪਾਉਣੇ ਪੈਣੇ ਨੇ, ਇਹ ਸ਼ੁਕਰ ਆ ਕਹਿੰਦੇ ਕਿ ਮੁਰਦਾਬਾਦ ਮੁਰਦਾਬਾਦ ਕਰਕੇ ਚਲੇ ਜਾਂਦੇ ਨੇ, ਕਿਤੇ ਡਲੇ ਨਹੀਂ ਮਾਰਦੇ। ਸੋ ਇਸ ਤਰ੍ਹਾਂ ਦੇ ਜਿਹੜੇ ਕਮੈਂਟਸ ਨੇ, ਮੈਂ ਸਮਝਦਾ ਕਿ ਇਹ ਵਿਰੋਧੀ ਧਿਰ ਦੇ ਲਈ ਮੈਂਬਰਸ ਦੇ ਲਈ ਬਹੁਤ ਹੀ ਮੈਂ ਸਮਝਦਾ ਕਿ ਸ਼ਰਮਨਾਕ ਨੇ। ਅਤੇ ਸਰ ਮੈਂ ਬੇਨਤੀ ਕਰਨੀ ਚਾਹੁੰਦਾ ਆਪ ਨੂੰ ਕਿ ਪਹਿਲਾਂ ਤਾਲਾ ਤੁਹਾਨੂੰ ਦਿੱਤਾ ਗਿਆ, ਤਾਲਾ ਵੀ ਪਤਾ ਨਹੀਂ ਤੁਸੀਂ ਹੁਣ ਕੀ ਕੀਤਾ ਤਾਲੇ ਦਾ, ਪਰ ਸਰ ਇਹ ਹੈ ਵੀ ਜੋ ਪੰਜਾਬ ਦੇ ਹਾਲਾਤ ਨੇ, ਜੋ ਲਾਅ ਐਂਡ ਆਰਡਰਸ ਦੀ ਸਥਿਤੀ ਹੈ, ਜੋ ਡਰੱਗਸ ਦੀ ਸਥਿਤੀ ਹੈ, ਜੋ ਨਸ਼ਾ ਜਿਸ ਤਰ੍ਹਾਂ ਵਿਕ ਰਿਹਾ, ਮੈਨੂੰ ਇਹ ਡਰ ਹੈ ਕਿ ਅੱਜ CM ਸਾਹਿਬ ਨੇ ਤੁਹਾਨੂੰ ਤਾਲਾ ਦਿੱਤਾ ਅਤੇ ਮੈਂ ਅੱਜ ਤੁਹਾਨੂੰ ਸੰਗਲ ਦੇਣ ਆਇਆ, ਸੰਗਲ ਇਹਨਾਂ ਨੂੰ ਵੀ ਪਾਉਣੇ ਪੈਣੇ ਆ, ਕਿਉਂਕਿ ਲੋਕਾਂ ਨੇ ਇਹਨਾਂ ਦੇ ਖਿਲਾਫ ਮੁਰਦਾਬਾਦ ਮੁਰਦਾਬਾਦ ਕਰਨੀ ਆ ਅਤੇ ਲੋਕਾਂ ਨੇ ਇਹਨਾਂ ਦੇ ਡਲੇ ਮਾਰਨੇ ਆ। ਸੋ ਸੰਗਲ ਅਤੇ ਤਾਲਾ ਇਹ ਸਰ ਇੱਧਰ ਹੀ ਲਾਇਆ ਜਾਵੇ, ਸਾਨੂੰ ਇਹਦੀ ਜ਼ਰੂਰਤ ਨਹੀਂ ਸਰ। ਬੈਠੋ ਤੁਸੀਂ, ਬੈਠੋ, ਤੁਹਾਨੂੰ 2 ਮਿੰਟ ਦਿੱਤੇ ਸੀ ਲੋਕਾਂ ਦੇ ਮੁੱਦੇ ਦੀ ਗੱਲ ਕਰਨ ਵਾਸਤੇ, ਤੁਸੀਂ 0 ਆਵਰ। ਡਾਕਟਰ ਸਾਹਿਬ ਪੜ੍ਹੇ ਲਿਖੇ ਬੰਦੇ ਹੋ ਤੁਸੀਂ, ਤੁਸੀਂ ਪੜ੍ਹੇ ਲਿਖੇ ਬੰਦੇ ਹੋ, ਬੈਠੋ ਤੁਸੀਂ ਹੁਣ ਬੈਠੋ। ਡਾਕਟਰ ਸੁੱਖੀ, ਡਾਕਟਰ ਸੁੱਖੀ ਬੈਠੋ ਜੀ, ਬੈਠੋ, ਕੋਈ ਗੱਲ ਨਹੀਂ। ਬੈਠੋ ਬੈਠੋ, ਮੈਂ ਅੱਛਾ ਹੁਣ ਤੁਸੀਂ ਆਰਡਰ, ਬੈਠੋ ਜੀ ਬੈਠੋ, ਸਾਰੇ ਸਾਥੀ ਬੈਠੋ, ਸਾਰੇ ਸਾਥੀ ਬੈਠੋ। ਬੜੀ ਵਧੀਆ, ਬੜੀ ਵਧੀਆ ਬਹਿਸ, ਬੜੀ ਵਧੀਆ ਡਿਸਕਸ਼ਨ ਚੱਲ ਰਹੀ ਸੀ। ਇੱਕ ਗੱਲ ਮੈਂ ਕਲੀਅਰ ਕਰ ਦਿਆਂ, ਯੋਗ ਸਾਥੀ ਆਪਦੀਆਂ ਸੀਟਾਂ ਤੇ ਕੱਲ ਬੈਠੇ ਰਹੇ, ਉਹਨਾਂ ਸਾਰਿਆਂ ਨੂੰ ਡਿਸਕਸ਼ਨ ਦਾ ਮੌਕਾ ਦਿੱਤਾ। ਆਪਾਂ ਸਿਰਫ ਖਬਰਾਂ ਬਣਾਉਣ ਵਾਸਤੇ ਕੋਈ ਐਕਟੀਵਿਟੀ ਕਰਦੇ ਆ, ਪੰਜਾਬ ਦੇ ਲੋਕ ਵੀ ਜਾਣਦੇ, ਇਸ ਕਰਕੇ ਕਿਰਪਾ ਕਰਕੇ ਹੁਣ ਵੀ ਬਹਿ ਜਾਓ, ਤੁਸੀਂ ਹੁਣ ਵੀ ਬਹਿ ਜਾਓ, ਬੈਠੋ ਤੁਸੀਂ ਹੁਣ, ਤੁਸੀਂ ਹੁਣ ਬਹਿ ਜਾਓ, ਤੁਸੀਂ ਹੁਣ ਬੋਲਣਾ ਚਾਹੁੰਦੇ ਹੋ ਕਿ ਨਹੀਂ, ਬਹਿ ਜਾਓ ਫਿਰ। ਡਾਕਟਰ ਸੁੱਖੀ ਬੋਲਣਾ ਚਾਹੁੰਗੇ।